बापू ने जिथे पहरावा सांभिया होया ना, उत्थे बापू खेती नाल संबंधित जिन्ने भी साडे पुराने संद रहे आ सारयां दे माडल बनाई बैठा करे। टणा दे हिसाब नाल सभ्याचार बापू दे घरे ही पिया। जे तुसी जाओगे जिन्हां दा कुजे च समुंदर बांदा जिहड़ा तुहानू बंदा दिखाउणा जिहदे नाल तुसी तुहाडी कराउणी आ गल्लबात, उहनू तुसी आए कह सकदे आ बई अज हरभेज सिद्धू आ तू कुजे च समुंदर बंद करता। ਸਤਿ ਸ਼੍ਰੀ ਅਕਾਲ ਜੀ, ਅੱਜ ਫਿਰ ਸਰਦਾਰ ਅਜੈਬ ਸਿੰਘ ਜੀ ਨਾਲ ਅਸੀਂ ਹਾਜ਼ਰ ਹਾਂ ਇੱਥੇ ਪੁਰਾਣੇ ਖੇਤੀਬਾੜੀ ਦੇ ਸੰਦ ਵੇਲੇ ਮੇ ਨੇ ਅੱਜ ਅਤੇ ਬੜਾ ਕੁਝ ਸਾਂਭ ਕੇ ਰੱਖਿਆ ਹੋਇਆ ਨਮੂਨੇ ਵਜੋਂ ਅਤੇ ਬੜੀ ਮਿਹਨਤ ਦੇ ਨਾਲ ਬਾਬਾ ਜੀ ਆਪ ਹੀ ਬਣਾਏ ਸੀ। ਹਾਂਜੀ ਹਾਂਜੀ, ਆਪੇ ਬਣਾਉਣਾ ਜੀ। ਪਹਿਲਾਂ ਤਾਂ ਤੁਹਾਡੇ ਚੈਨਲ 'ਤੇ ਦੇਖਣ ਵਾਲੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਾਕੀ ਹੁਣ ਤੁਸੀਂ ਪੁੱਛੋ ਵੀ ਕਿਹੜੀ ਚੀਜ਼ ਬਾਰੇ ਪੁੱਛਣਾ ਅਤੇ ਆਹ ਕੀ ਚੀਜ਼ ਆ? ਪਹਿਲਾਂ ਤਾਂ ਇਹ ਦੱਸੋ ਵੀ 12 ਸਿੰਘਾਂ ਜਿਹਾ ਇਹ ਕੀ ਹੈ? ਇਹ 12 ਸਿੰਘਾਂ ਨਹੀਂ ਹੈ ਜੀ, ਇਹਨੂੰ ਜੱਫਾ ਕਿਹਾ ਜਾਂਦਾ। ਜੱਫਾ? ਅਤੇ ਜਦੋਂ ਆਪਾਂ ਮਤਲਬ ਕਣਕਾਂ ਵੱਢਦੇ ਸੀ ਜਾਂ ਛੱਟੀਆਂ ਗੱਡਿਆਂ ਦੇ ਵਿੱਚ ਲੱਦਦੇ ਸੀ ਨਾ, ਇਹਦੇ ਨਾਲ ਚੱਕ ਕੇ ਅਤੇ ਇਸ ਤਰ੍ਹਾਂ ਗੱਡੇ ਦੇ ਉੱਤੇ ਸੁੱਟ ਦੇਣਾ ਸੀ, ਜਿਹੜਾ ਗੱਡੇ ਉੱਤੇ ਲਦਾਵਾ ਹੁੰਦਾ ਸੀ ਉਹ ਸੈੱਟ ਕਰਕੇ ਲਾਈ ਜਾਂਦਾ ਸੀਗਾ। ਇਹ ਤਾਂ ਇੱਕ ਨਮੂਨੇ ਵਜੋਂ ਆ। ਹਾਂਜੀ, ਉਹਦਾ ਵੱਡਾ ਹੁੰਦਾ ਸੀ ਨਾ। ਹਾਂ ਹਾਂ, ਉਹ ਤਾਂ ਵੱਡੇ ਸਾਈਜ਼ ਹੁੰਦਾ ਸੀ, ਮਤਲਬ ਇਹ ਆਕਾਰ 'ਚ ਵੱਡਾ ਹੁੰਦਾ। ਇਹ ਤਾਂ ਇੱਕ ਨਮੂਨਾ ਰੱਖਿਆ ਹੋਇਆ, ਦੇਖੋ ਵੀ ਇਸ ਕਿਸਮ ਦੇ ਨਾਲ ਆ, ਦੋ ਥੱਲੇ ਆ, ਇਹ ਇਹ ਥੱਲੇ ਸਾਈਜ਼ ਹੈ ਜੀ, ਤੇ ਇੱਥੋਂ ਸਪੋਰਟਾਂ ਤੱਕ ਸਟੇ ਜਾਂਦਾ ਸੀ ਨਾ ਵਿੱਚ। ਜੀ ਬਿਲਕੁਲ ਸਹੀ ਗੱਲ ਆ, ਠੀਕ ਹੈ ਜੀ। ਤੇ ਇੱਕ ਮੈਂ ਦੇਖ ਰਿਹਾ ਤੁਹਾਡੇ ਕੋਲ ਕੁਝ ਛੋਟੇ ਨਮੂਨੇ ਤੇ ਕੁਝ ਵੱਡੇ ਨਮੂਨੇ ਆ। ਹਾਂਜੀ, ਤੇ ਇੱਕ ਆ ਹਾਂਜੀ ਹਾਲ ਹੋ ਗਿਆ ਹਨਾ ਇਹ। ਹਾਂਜੀ, ਇਹਨੂੰ ਤੋਤਾ ਹਾਲ ਕਹਿੰਦੇ ਹੁੰਦੇ ਸੀ। ਇਹ ਤੋਤਾ ਹਾਲ ਜ਼ਿਆਦਾ ਤਿੱਖਾ ਸੀ ਇਹ? ਹਾਂਜੀ, ਤੋਤਾ ਹਾਲ ਇਹ ਸੁੱਕੀ ਜ਼ਮੀਨ ਵਾਸ ਵਾਹਣ ਵਾਸਤੇ ਹੁੰਦਾ ਸੀਗਾ ਜੀ। ਅਤੇ ਇਹ ਸਾਈਜ਼ ਪਹਿਲਾਂ ਮੈਂ ਛੋਟਾ ਬਣਾਇਆ ਸੀਗਾ ਜੀ, ਅਤੇ ਫਿਰ ਲੁਧਿਆਣਾ ਯੂਨੀਵਰਸਿਟੀ ਤੋਂ ਆਏ ਸੀਗੇ, ਉਹ ਮੈਨੂੰ ਕਹਿੰਦੇ ਵੀ ਚੀਜ਼ ਤਾਂ ਸਾਰੀ ਬਹੁਤ ਵਧੀਆ ਬਣੀ ਹੋਈ ਹੈ ਜੀ, ਅਤੇ ਇਹਨਾਂ ਦਾ ਸਾਈਜ਼ ਵੱਡਾ ਕਰ ਜੀ। ਅਤੇ ਫਿਰ ਮੈਂ ਛੋਟੇ ਸਾਈਜ਼ ਤੋਂ ਫਿਰ ਮੈਂ ਸਾਈਜ਼ ਵੱਡਾ ਕੀਤਾ ਜੀ। ਆਹ ਵੱਡਾ ਸਾਈਜ਼ ਹੋ ਗਿਆ, ਇਹ ਛੋਟਾ ਸਾਈਜ਼ ਆ ਗਿਆ। ਫਿਰ ਮੈਂ ਸਾਰਾ ਸਾਈਜ਼ ਸਾਰੇ ਸੰਦਾਂ ਦਾ ਸਾਈਜ਼ ਨਾ ਥੋੜ੍ਹਾ ਥੋੜ੍ਹਾ ਲੋੜ ਮੁਤਾਬਕ ਵਧਾ ਲਿਆ, ਵੱਡਾ ਕਰ ਦਿੱਤਾ, ਸੌਖਾ ਹੋ ਜੇ। ਹਾਂਜੀ, ਇਹ ਤੁਸੀਂ ਫਿਰ ਬਾਬਾ ਜੀ ਆਪ ਵੀ ਕਦੇ ਹਲ ਵਾਇਆ? ਹਾਂਜੀ ਹਾਂਜੀ, ਠੀਕ ਆ, ਹਲ ਵਾਹਿਆ। ਮੈਨੂੰ ਇਸ ਕਰਕੇ ਜਾਣਕਾਰੀ ਹੈ ਵੀ ਜਿਵੇਂ ਗੱਡਾ ਹੈ ਵੀ ਇਹਦੇ ਵਿੱਚ ਕਿਹੜੇ ਕਿਹੜੀਆਂ ਚੀਜ਼ਾਂ ਹੁੰਦੀਆਂ, ਕੀ ਨਾਂ ਹੈ ਉਹਨਾਂ ਦੇ, ਜਿਵੇਂ ਮਤਲਬ ਇਹ ਸਾਰੇ ਸੰਦਾਂ ਦੇ ਹਰੇਕ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ, ਖੇਤੀ ਕਰਨ ਵਾਲਿਆਂ ਨੂੰ, ਅਤੇ ਮੈਨੂੰ ਹਰ ਇੱਕ ਚੀਜ਼ ਦਾ ਪਤਾ, ਤਾਂ ਹੀ ਮੈਂ ਬਣਾਈ ਜਾਂਦਾ ਜੀ। ਅਤੇ ਫਿਰ ਬਣਵਾਉਣੇ ਹੁਣ ਸਾਰੇ ਆਪ ਹੀ ਬਣਾਏ, ਹੱਥੀ ਬਣਾਏ? ਹਾਂਜੀ ਹਾਂਜੀ, ਮੈਂ ਬਣਾਏ। ਠੀਕ ਆ ਵੀ, ਠੀਕ ਆ। ਅਤੇ ਇੱਕ ਚੀਜ਼ ਹੈਗੀ ਆ ਆ, ਇਹਨੂੰ ਸਲੰਗ ਕਿਹਾ ਜਾਂਦਾ, ਸਲੰਗ? ਹਾਂਜੀ, ਇਹ ਤਿੱਖੀ ਹੁੰਦੀ ਸੀ ਹਨਾ? ਹਾਂ, ਇੰਨੀ ਤਿੱਖੀ ਆ, ਇਸ ਤਰ੍ਹਾਂ ਹੀ ਹੁੰਦੀ ਹੈ। ਇਹ ਕੰਮ ਕੀ ਸੀ ਇਹਦਾ? ਇਹ ਕੰਮ ਜਿਵੇਂ ਆਪਾਂ ਕੋਈ ਝਾੜ ਮਲੇ ਵੱਢ ਕੇ ਖੇਤ ਦੇ ਵਿੱਚ ਵਾੜ ਕਰਨੀ ਹੈ, ਅਤੇ ਝਾੜ ਮਲੇ ਵੱਢ ਕੇ ਉਹ ਇਕੱਠੇ ਕਰਕੇ ਅਤੇ ਫਿਰ ਇਹ ਸਲੰਗ ਨਾਲ ਚੱਕ ਕੇ ਨਾ ਅਗਲਾ ਚੱਕੀ ਆਉਂਦਾ, ਲਿਆ ਕੇ ਉੱਥੇ ਖੇਤ ਸੁੱਟ ਕੇ ਅਤੇ ਇਕੱਲੀ ਇਕੱਲੀ ਉਹ ਮੋੜੀ ਕਰਕੇ ਨਾ ਵਾੜ ਵੂੜ ਕਰਦੇ ਸੀ। ਪਹਿਲਾਂ ਤਾਰਾਂ ਤੂਰਾਂ ਨਹੀਂ ਹੁੰਦੀਆਂ ਸੀ, ਅਤੇ ਬਿਲਕੁਲ ਉਸ ਕੰਮ 'ਚ ਵਰਤੀ ਜਾਂਦੀ ਹੈ। ਆਹ ਤਾਂ ਹੋ ਗਈ ਤੰਗਲੀ। ਹਾਂਜੀ, ਆਹ ਤੰਗਲੀ ਹੈ ਨਾ, ਇਹ ਤੰਗਲੀ ਆ ਜੀ, ਆਹ ਛੋਟਾ ਸਾਈਜ਼ ਹੈ ਅਤੇ ਆਹ ਆ ਗਿਆ ਵੱਡਾ ਸਾਈਜ਼ ਹੈ ਨਾ। ਹਾਂਜੀ, ਇਹ ਮੈਂ ਦੱਸਦੇ ਹਾਂ ਫਿਰ ਤੁਹਾਨੂੰ ਇਹ ਨਮੂਨੇ ਵਜੋਂ ਆ। ਹਾਂਜੀ, ਇਹ ਰੋਟ ਦੇਖੋ ਲੈ, ਆਹ ਤੰਗਲੀ ਹੋ ਗਈ, ਬਹੁਤ ਸੋਹਣੀ ਅਤੇ ਬੜੀ ਮਿਹਨਤ ਨਾਲ ਬਣਾਈ ਹੋਈ ਆ। ਹਾਂਜੀ, ਕਿੰਨਾ ਟਾਈਮ ਲੱਗ ਜਾਂਦਾ ਜੀ ਇਹ, ਮਤਲਬ ਇੱਕ ਜੋੜੇ ਨੂੰ ਬਣਾਉਣ ਦੇ ਵਿੱਚ? ਜਾਂ ਕਈ ਸੰਦ ਇਹੋ ਜਿਹੇ ਛੇਤੀ ਬਣ ਜਾਂਦੇ ਆ, ਅਤੇ ਕਈ ਸੰਦ ਇਹੋ ਜਿਹੇ ਆ ਨਾ ਇੱਕ ਦਿਨ ਪੂਰਾ ਲੱਗ ਜਾਂਦਾ, ਜਿਵੇਂ ਤੰਗੜੀ ਆ ਨਾ, ਤੰਗੜੀ ਛੇਤੀ ਬਣਨ ਵਾਲੀ ਨਹੀਂ ਹੈ, ਇਹਦੇ ਪੂਰੀ ਇੱਕ ਦਿਹਾੜੀ ਲੱਗ ਜਾਂਦੀ ਹੈ ਜੀ। ਹਾਂਜੀ, ਮਿਹਨਤ ਵਾਲਾ ਕੰਮ ਆ ਪੂਰਾ। ਠੀਕ ਆ, ਆਹ ਤਾਂ ਹੋ ਗਈ ਦਾਤੀ। ਹਾਂਜੀ, ਇਹ ਦਾਤੀ, ਇਹ ਤਾਂ ਆਮ ਹੀ, ਚਲੋ ਹਜੇ ਆਪਣੇ ਹੈਗੀਆਂ ਨਮੂਨੇ ਵਜੋਂ ਤੁਸੀਂ ਦੇਖ ਸਕਦੇ ਹੋ, ਅਤੇ ਸਾਰੇ ਹੀ ਆ, ਮਤਲਬ ਕਈ ਕਈ ਵੀ ਬਣਾਈ ਹੋਈ ਆ। ਹਾਂਜੀ, ਗੜਾਸੀ ਵੀ ਪਈ ਆ, ਗੜਾਸੀ ਆ ਜੀ, ਇਹ ਝਾੜ ਮਲੇ ਵੱਟਣ ਵਾਲਾ ਗੰਡਾਸਾ ਹੁੰਦਾ ਜੀ। ਅੱਛਾ, ਝਾੜ ਨੂੰ ਗੜਾਸਾ? ਹਾਂ, ਝਾੜ ਮਲੇ ਨਾਲ ਵੱਢਦੇ ਹੁੰਦੇ, ਸਲਗ ਨਾਲ ਚੱਕ ਕੇ ਲਿਆਉਂਦੇ ਹੁੰਦੇ। ਠੀਕ ਆ, ਇਹਦੇ ਨਾਲ ਵੱਢੇ ਜਾਂਦੇ ਸੀ ਅਤੇ ਸਲਗ ਨਾਲ ਚੱਕੇ ਜਾਂਦੇ ਸੀ। ਆਹ ਦੇਖੋ ਨਿੱਕੇ ਨਿੱਕੇ ਨਮੂਨੇ, ਬੜੇ ਸੋਹਣੇ ਆ। ਮੈਨੂੰ ਤਾਂ ਲੱਗਦਾ ਬਣਾ ਕੇ ਅਗਰ ਘਰੇ ਵੀ ਰੱਖਣੇ ਹੋਣ ਤਾਂ ਬੜੀ ਵਧੀਆ ਚੀਜ਼ ਆ। ਹਾਂਜੀ ਹਾਂਜੀ, ਬਣਾਉਣਾ ਮੈਂ ਕਿਸੇ ਨੂੰ ਸ਼ੋਅ ਪੀਸ ਵਾਸਤੇ ਚਾਹੀਦੇ ਨਾ। ਅੱਛਾ, ਮੈਂ ਸੈੱਟ ਬਣਾ ਬਣਾ ਕੇ ਰੱਖਿਆ ਕਰੂੰਗਾ। ਅੱਛਾ, ਅਤੇ ਮੈਂ ਵੇਚਿਆ ਕਰੂੰ, ਮਤਲਬ ਤੁਹਾਡੇ ਨਾਲ ਸੰਪਰਕ ਕਰ ਸਕਦੇ ਜੇ ਕਿਸੇ ਨੇ ਲੈਣੇ ਹੋਣ। ਲਾਜ਼ਮੀ ਵੀ ਸੰਪਰਕ ਕਰਨਾ ਪੜਦਾ ਵੀ, ਇਹਨੂੰ ਕਿਸੇ ਨੂੰ ਸੈੱਟ ਚਾਹੀਦਾ ਨਾ ਪੂਰਾ ਸੰਦਾਂ ਦਾ ਸੈੱਟ, ਤੇ ਮੈਂ ਬਣਾ ਕੇ ਦੇ ਸਕਦਾ। ਮਤਲਬ ਇੱਕ ਸੈੱਟ 'ਚ ਕਿੰਨੇ ਸੰਦ ਹੁੰਦੇ ਆ ਤੁਹਾਡੇ ਮੁਤਾਬਕ? ਜਿੰਨੇ ਵੀ ਹੈਗੇ, ਮਤਲਬ ਜਿੰਨੇ ਵੀ ਹੈਗੇ ਏ ਟੂ ਜ਼ੈਡ ਨਾ ਜੀ, ਸਾਰੇ ਸੰਦ ਪਾਉਂਗਾ। ਮਤਲਬ ਉਹ ਤੁਸੀਂ ਰੱਖ ਸਕਦੇ ਹੋ ਹਨਾ ਘਰੇ? ਹਾਂਜੀ ਬਿਲਕੁਲ ਜੀ। ਅਤੇ ਇੱਕ ਆਹ ਚੀਜ਼ ਆ ਤੁਹਾਡੇ ਕੋਲ? ਹਾਂਜੀ, ਆਹ ਕਾਹਦੇ ਵਾਸਤੇ ਆ? ਇਹ ਵੀ ਤਰਪਾਲੀ ਆ ਗਈ ਜੀ। ਤਰਪਾਲੀ? ਹਾਂਜੀ, ਜਿਵੇਂ ਆਮ ਆਪਣੇ ਲੋਕ ਨਰਮਾ ਬੀਜਦੇ ਆ ਜੀ, ਅਤੇ ਉਹ ਗੋਡਣ ਦੀ ਬਜਾਏ ਇਹ ਤਰਪਾਲੀ ਫੇਰ ਜਾਂਦੇ ਸੀ ਪਾਰਿਆਂ 'ਚ, ਇਹਨੇ ਘਾਹ ਘੁੰਮ। ਹਾਂਜੀ, ਜਿਹੜਾ ਉਹ ਰਹਿੰਦਾ ਹੁੰਦਾ ਸੀ ਮਗਰੋਂ
ਬੂਟਾ ਨਗੜਾ ਚ ਉਹ ਕਸੀਆਂ ਨਾਲ ਮਾੜਾ ਮੋਟਾ ਪੱਟ ਦਿੰਦੇ ਸੀਗੇ ਜੀ ਜੀ ਇਹਨੂੰ ਤਰਪਾਲੀ ਕਿਹਾ ਜਾਂਦਾ ਜੀ ਤਿੰਨ ਹਲ ਹੁੰਦੇ ਸੀ ਨਾ ਹਾਂਜੀ ਹਾਂਜੀ ਤਰਪਾਲੀ ਦੇਖੋ ਆ ਤਰਪਾਲੀ ਹੋ ਗਈ ਇਹ ਵੀ ਛੋਟੇ ਸਾਈਜ਼ ਸੀਗੀ ਜੀ ਇਹ ਸਾਈਜ਼ ਵੱਡਾ ਵੱਡਾ ਕੀਤਾ ਫਿਰ ਤੁਸੀਂ ਉਹ ਪਿਆ ਛੋਟਾ ਸਾਈਜ਼ ਜੀ ਉਹ ਛੋਟਾ ਵੀ ਹੈਗਾ ਇੱਕ ਤੁਹਾਡੇ ਕੋਲ ਪਈ ਆ ਆ ਚੀਜ਼ ਹਾਂਜੀ ਆ ਕੀ ਚੀਜ਼ ਆ ਇਹ ਪਾਖੜਾ ਹੁੰਦਾ ਸੀਗਾ ਜੀ ਪਾਖੜਾ ਪਾਖੜਾ ਇਹਨੂੰ ਕਾਠੀ ਵੀ ਕਿਹਾ ਜਾਂਦਾ ਹੈ ਜਿਵੇਂ ਅੱਛਾ ਉਹ ਦੇ ਅੰਦਰ ਰੱਖਣ ਵਾਲਾ ਅੱਗੇ ਗੱਡੀਆਂ ਮੋਟਰਾਂ ਤਾਂ ਹੁੰਦੀਆਂ ਨਹੀਂ ਸੀ ਇਹ ਊਠ ਦੇ ਉੱਤੇ ਪਾ ਕੇ ਨਾ ਊਠ ਦੇ ਉੱਤੇ ਗੱਦੀ ਗੁੱਦੀ ਪਾ ਕੇ ਇਹਦੇ ਉੱਤੇ ਦੋ ਸਵਾਰੀਆਂ ਬਹਿ ਕੇ ਜਾਂਦੀਆਂ ਹੁੰਦੀਆਂ ਟੂ ਸੀਟਰ ਹੋ ਜਾਂਦਾ ਸੀ ਗੱਲ ਮੁੱਕਦੀ ਹੈ ਕਿਤੇ ਰਿਸ਼ਤੇਦਾਰ ਕੀ ਜਾਣਾ ਹੈ ਜੀ ਤੇ ਜਾਂ ਜਿਵੇਂ ਬਰਾਤਾਂ ਜਾਂਦੀਆਂ ਹੈ ਤੇ ਇਹ ਪਾਖੜੇ ਪਾ ਕੇ ਨਾ ਫਿਰ ਦੋ ਦੋ ਜਣੇ ਬੈਠ ਕੇ ਜਾਂਦੇ ਹੁੰਦੇ ਜੀ ਬਿਲਕੁਲ ਹੈ ਨਾ ਇਹ ਵੀ ਇੱਕ ਬੈਠਣ ਦਾ ਤਰੀਕਾ ਦੋ ਸੀਟਾਂ ਦੇ ਹਾਂਜੀ ਜੇ ਕਿਸੇ ਨੇ ਜਾਣਾ ਹੋਵੇ ਤਾਂ ਜਾ ਸਕਦੇ ਸੀਗੇ ਤੇ ਆ ਵੀ ਉੱਠ ਦਾ ਡੰਡਾ ਹੋ ਗਿਆ ਹਾਂਜੀ ਇਹ ਉੱਠ ਦਾ ਡੰਡਾ ਜੀ ਉਤਲੇ ਪਾਸੇ ਇਹ ਹਾਲ ਪਾਉਣ ਵਾਸਤੇ ਵਰਤਿਆ ਜਾਂਦਾ ਸੀ ਹਾਲ ਪਾਉਣ ਵਾਸਤੇ ਵਰਤਿਆ ਜਾਂਦਾ ਸੀਗਾ ਕਿਉਂਕਿ ਵੀਡੀਓ ਬਣਾ ਬਣਾ ਕੇ ਨਾ ਕੁਝ ਚੀਜ਼ਾਂ ਮੈਨੂੰ ਵੀ ਪਤਾ ਲੱਗਣ ਲੱਗ ਗਿਆ ਵੀ ਇਹਨੂੰ ਕੀ ਕਹਿੰਦੇ ਆ ਅੱਧਾ ਅੱਧਾ ਬੰਦਾ ਹੀ ਸਿੱਖ ਜਾਂਦਾ ਹਾਂਜੀ ਤੇ ਇੱਕ ਆਹ ਚੀਜ਼ ਇਹਨੂੰ ਆਰੀ ਦਾ ਫਲਾ ਕਿਹਾ ਜਾਂਦਾ ਜੀ ਆਰੀ ਦਾ ਫਲਾ ਹਾਂਜੀ ਆਹ ਦੰਦੇ ਲੱਗੇ ਨੇ ਇਹ ਦੰਦੇ ਹੁੰਦੇ ਸੀ ਜੀ ਜਿਹੜੇ ਆਪਣੇ ਆਰੇ ਦੀਆਂ ਆਰੀਆਂ ਹੁੰਦੀਆਂ ਸੀ ਨਾ ਉਹ ਲਿਆ ਕੇ ਅਤੇ ਬੱਤੇ ਕਹਿੰਦੇ ਨੇ ਬਾਲੇ ਕਹਿੰਦੇ ਨੇ ਉਹਨਾਂ ਦੇ ਵਿੱਚ ਜੜਦਾ ਨੇ ਜੜ ਕੇ ਅਤੇ ਆਰੀ ਵਾਲਾ ਫਲਾ ਬਣਦਾ ਸੀਗਾ ਜੀ ਅਤੇ ਜਿਹੜੇ ਤਕੜੇ ਬੰਦੇ ਹੁੰਦੇ ਸੀ ਉਹ ਤਾਂ ਆਰੀ ਵਾਲਾ ਫਲਾ ਬਣਾ ਲੈਂਦੇ ਸੀ ਜਿਹੜਾ ਕੋਈ ਗਰੀਬ ਜ਼ਿਮੀਂਦਾਰ ਹੁੰਦਾ ਸੀ ਜੀ ਥੋੜ੍ਹਾ ਜ਼ਿਮੀਂਦਾਰ ਅਤੇ ਉਹ ਜੰਡ ਵੱਢ ਕੇ ਜੰਡ ਦੇ ਝਾਫੇ ਝੂਫੇ ਕੁੱਟ ਕੇ ਉਹਦਾ ਬਣਾ ਲੈਂਦਾ ਸੀ ਫਲਾ ਠੀਕ ਆ ਦੋ ਕਿਸਮ ਦੇ ਫਲੇ ਹੁੰਦੇ ਸੀਗੇ ਜੀ ਇੱਕ ਮੋੜੀਆਂ ਦਾ ਹੁੰਦਾ ਝਾਫਿਆਂ ਦਾ ਅਤੇ ਇੱਕ ਇਹ ਆਰੀ ਵਾਲਾ ਫਲਾ ਵੱਜਦਾ ਜੀ ਜੀ ਆਰੀ ਵਾਲਾ ਫਲਾ ਹਾਂਜੀ ਠੀਕ ਆ ਜੀ ਠੀਕ ਆ ਆਹ ਇੱਧਰ ਵੀ ਤੁਹਾਡੇ ਕੋਲ ਕਾਫੀ ਸਮਾਨ ਪਿਆ ਵਾ ਉਹ ਵੀ ਦੇਖੀਏ ਆ ਸੁਹਾਗਾ ਹੋ ਗਿਆ ਹੈ ਨਾ ਨਿੱਕਾ ਜਿਹਾ ਸੁਹਾਗਾ ਬਣਿਆ ਤੁਹਾਡਾ ਹਾਂਜੀ ਹਾਂਜੀ ਸੁਹਾਗਾ ਸੁਹਾਗਾ ਜੀ ਬਿਲਕੁਲ ਮੈਂ ਦੇਖ ਰਿਹਾ ਵੀ ਇੱਕ ਤੁਹਾਡੇ ਕੋਲ ਨੋਟ ਬਹੁਤ ਨੇ ਬਾਬਾ ਜੀ ਉਹਨਾਂ ਕੋਲੇ ਕਿੰਨੀਆਂ ਦੇਸ਼ਾਂ ਦੇ ਆ 198 ਦੇਸ਼ਾਂ ਦੇ ਹੁਣ ਮੇਰੇ ਕੋਲ ਹੈਗੇ ਜੀ 198 ਦੇਸ਼ਾਂ ਦੇ ਮੈਂ ਦੇਖ ਰਿਹਾ ਵੀ ਬਹੁਤ ਸਾਰੇ ਦੇਸ਼ ਇੱਦਾਂ ਦੇ ਆ ਸਾਨੂੰ ਨਾ ਹੀ ਨਹੀਂ ਅਸੀਂ ਸੁਣਿਆ ਹੀ ਨਹੀਂ ਸੀ ਪਹਿਲੀ ਵਾਰੀ ਦੇਖ ਰਹੇ ਹਾਂ ਭਰਾ ਇੱਥੇ 10-10 ਲੱਖ 10 ਲੱਖ ਦਾ ਨੋਟ ਵੀ ਹੈ ਹਾਂਜੀ ਉਹ 10 ਲੱਖ ਦਾ ਨੋਟ ਪਿਆ ਹਾਂ 10 ਲੱਖ ਦਾ ਨੋਟ ਵੀ ਪਿਆ ਮਤਲਬ ਏਡੀ ਵੱਡੀ ਵੱਡੀ ਕਰੰਸੀ ਵੀ ਛਪੀ ਹੈ ਇੱਥੇ ਇਸ ਦੁਨੀਆਂ ਦੇ ਉੱਤੇ ਹਾਂਜੀ ਤੇ ਇੱਕ ਬਾਬਾ ਜੀ ਆਹ ਤੂੰਬੇ ਤਾਂਬੇ ਵੀ ਤੁਸੀਂ ਬਣਾਏ ਆ ਹਾਂਜੀ ਹਾਂਜੀ ਇਹ ਵੀ ਆਪ ਹੀ ਬਣਾਏ ਆ ਹਾਂਜੀ ਆਪ ਹੀ ਬਣਾਏ ਜੀ ਠੀਕ ਆ ਤੂੰਬਾ ਇਹ ਕੱਦੂ ਦਾ ਹਾਂਜੀ ਹਾਂਜੀ ਇਹ ਨਾ ਕੱਦੂ ਦਾ ਬਣਾਇਆ ਜਾਂਦਾ ਜੀ ਤੇ ਤਾਰ ਪਾਈ ਜਾਂਦੀ ਹੈ ਜੀ ਤੇ ਆਵਾਜ਼ ਇਹਦੀ ਇੱਥੋਂ ਆਉਂਦੀ ਹੈ ਠੀਕ ਆ ਤੇ ਆਹ ਫਿਰ ਸੱਪ ਸੁੱਪ ਫੜਨ ਨੂੰ ਬੀਨ ਇਹ ਬੀਨ ਆ ਜੀ ਠੀਕ ਆ ਵੱਜਦੀ ਹੈ ਇਹ ਨਾ ਜੀ ਵੱਜਦੀ ਨਹੀਂ ਨਮੂਨਾ ਹੀ ਆ ਨਮੂਨਾ ਬਣਾ ਕੇ ਰੱਖਿਆ ਵੀ ਇਹ ਬੀਨ ਇਸ ਤਰ੍ਹਾਂ ਦੀ ਹੁੰਦੀ ਸੀ ਜੀ ਜੀ ਹਾਂਜੀ ਇਹ ਤੁਸੀਂ ਦੱਸਦੇ ਸੀ ਵੀ ਬਹੁਤ ਪੁਰਾਣਾ ਚਰਖਾ ਇਹਨਾਂ ਦੇ ਵਿੱਚੋਂ ਆਹ ਹਾਂਜੀ ਹਾਂਜੀ ਇਹ ਚਰਖਾ ਜੀ ਚੱਕ ਦੇਖ ਲੈ ਜੀ ਹਾਂਜੀ ਹਾਂਜੀ ਚੱਕ ਲਓ ਜੀ ਆਹ ਵੀ ਚਰਖਾ ਆਪਾਂ ਅਕਸਰ ਉਹ ਚਰਖਾ ਜਾਂ ਘੁੰਮਦਾ ਹੀ ਦੇਖਿਆ ਤੇ ਇਹ ਵੀ ਇੱਕ ਚਰਖਾ ਦੇਖੋ ਇਸ ਤਰ੍ਹਾਂ ਘੁੰਮਦਾ ਸੀਗਾ ਜੀ ਆ ਸਿੱਧਾ ਕਰਦਾ ਜੀ ਮੈਂ ਹਾਂਜੀ ਨਹੀਂ ਇੱਥੇ ਹੀ ਰਹੂਗਾ ਇੱਥੇ ਰਹੂਗਾ ਹਾਂ ਇਹ ਤਕੜਾ ਹੈ ਆਹ ਤਕੜਾ ਵੀ ਇਹਦੇ ਵਿੱਚ ਧਾਗਾ ਹਾਂਜੀ ਤੰਦ ਪਾਇਆ ਜਾਂਦਾ ਸੀ ਹਾਂਜੀ ਤੇ ਇਹ ਰੋਟੀ ਇਹਦੇ ਨਾਲ ਕੱਤਾ ਜਾਂਦਾ ਸੀਗਾ ਜੀ ਆ ਦੇਖੋ ਵੀ ਉਧਰੋਂ ਘੁਮਾਉਣਾ ਹਾਂਜੀ ਇਧਰੋਂ ਧਾਗਾ ਪਾ ਕੇ ਇਦਾਂ ਤਾਂ ਲੈ ਕੇ ਜਾਣਾ ਹਨਾ ਤੇ ਚਰਖਾ ਇਹ ਬਾਬਾ ਜੀ ਜਿਹੜਾ ਫਿਰ ਗੋਲ ਚਰਖਾ ਆਪਾਂ ਦੇਖਦੇ ਹਾਂ ਆਮ ਇਹ ਉਦੋਂ ਪਹਿਲਾਂ ਦਾ ਉਦੋਂ ਪਹਿਲਾਂ ਦਾ ਹੀ ਬਹੁਤ ਪੁਰਾਣਾ ਚਰਖਾ ਜੀ ਬਹੁਤ ਪੁਰਾਣਾ ਚਰਖਾ ਵੀ ਇਹ ਹਾਂਜੀ ਠੀਕ ਆ ਤੇ ਇੱਕ ਤੁਹਾਡੇ ਕੋਲ ਦੇਖਦਾ ਮੈਂ ਰਿਕਾਰਡ ਪੁਰਾਣੇ ਹਾਂਜੀ ਤਵੇ ਵਾਲੇ ਪਏ ਆ ਇਹ ਤਾਂ ਬਹੁਤ ਜ਼ਿਆਦਾ ਆ 250 ਰਿਕਾਰਡ ਪਏ ਮੇਰੇ ਕੋਲ ਉਹ ਪੇਟੀ ਭਰੀ ਪਈ ਹੈ ਜੀ ਬਾਕੀ ਖੁੱਲੇ ਬਹੁਤ ਪਏ ਨੇ ਵੱਡੇ ਰਿਕਾਰਡ ਬਹੁਤ ਪਏ ਨੇ ਤੇ ਤੁਹਾਡੇ ਵੇਲੇ ਫਿਰ ਕਿਹੜੇ ਕਿਹੜੇ ਕਲਾਕਾਰ ਹੁੰਦੇ ਸੀ ਆਮ ਵਾਲੇ ਬਹੁਤ ਹੀ ਆ ਜਮਲੇ ਵਰਗੇ ਤੇ ਬਹੁਤ ਹੀ ਪੁਰਾਣੇ ਚਾਂਦੀ ਰਾਮ ਜਮਲੇ ਇਹਨਾਂ ਦੇ ਮੈਂ ਗੀਤ ਸੁਣ ਕੇ ਖੁਸ਼ ਹਾਂ ਤੇ ਇਹੀ ਹੁੰਦੇ ਅੱਛਾ ਇਹੀ ਸੀਗੇ ਤੁਹਾਡੀ ਰੂਹ ਦਾ ਸਕੂਨ ਉਹਨਾਂ ਚ ਜਿਹੜੇ ਆ ਹੁਣ ਕੁਲਦੀਪ ਮਾਨਕ ਸਦੀਕ ਇਹ ਤਾਂ ਬਾਅਦ ਚ ਹੋਏ ਨੇ ਇਹ ਤਾਂ ਬਾਅਦ ਚ ਹੋ ਗਏ ਹਾਂਜੀ ਕੈਸਟਾਂ ਵੀ ਬਾਬਾ ਜੀ ਉਹਨਾਂ ਕੋਲੇ ਲਾਜ਼ਮ ਬਹੁਤ ਪਈਆਂ ਇੱਕ ਟੈਲੀਫੋਨ ਨੇ ਤੁਹਾਡੇ ਕੋਲ ਹਾਂਜੀ ਹਾਂਜੀ ਇਹ ਅਕਸਰ ਅੱਗੇ ਪੁਰਾਣੀਆਂ ਫਿਲਮਾਂ 'ਚ ਦੇਖ ਲੈਂਦੇ ਸੀ ਵੀ ਥੋਂ ਐਂ ਘੁੰਮਾਓ ਤੇ ਹਾਂ 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 ਇਹ ਬਹੁਤ ਪੁਰਾਣਾ ਟੈਲੀਫੋਨ ਆ ਜੀ ਜੀ ਗੋਰਿਆਂ ਵਾਲੇ ਰਾਜੇ ਨੂੰ ਨੰਬਰ ਮਿਲਾਉਂਦੇ ਸੀ ਨਾ ਜਿੰਨਾ ਨੰਬਰ ਮਿਲਾਉਣਾ ਉੱਥੇ ਉਂਗਲ ਪਾ ਕੇ ਉਹਨੂੰ ਐਂ ਸਿਰੇ ਲਾ ਜਾਂਦਾ ਸਿਰੇ ਲਾ ਕੇ ਮੁੜਨਾ ਹਾਂਜੀ ਸਿਰੇ ਲਾ ਕੇ ਮੁੜਿਆ ਠੀਕ ਆ ਤੇ ਉੱਥੋਂ ਫਿਰ ਐਂ ਗੱਲ ਹੋ ਜਾਂਦੀ ਹਾਂਜੀ ਕਿਉਂ ਮੰਨਦੇ ਆ ਉਹਨੇ ਗੱਲ ਨੂੰ ਤੇ ਬੜਾ ਵਧੀਆ ਬਾਬਾ ਜੀ ਤੁਹਾਡਾ ਧੰਨਵਾਦ ਵੀ ਤੇ ਦਰਸ਼ਕਾਂ ਨੂੰ ਵੀ ਬੇਨਤੀ ਆ ਵੀ ਅਗਰ ਤੁਹਾਨੂੰ ਵੀ ਕਿਤੇ ਲੋੜ ਹੋਵੇ ਸੰਦ ਸੰਦੇੜੇ ਦੀ ਕੋਈ ਸ਼ੋਅ ਪੀਸ ਦੇ ਤੌਰ 'ਤੇ ਰੱਖਣ ਦੀ ਤਾਂ ਤੁਸੀਂ ਰੱਖ ਸਕਦੇ ਹੋ ਬਾਬਾ ਜੀ ਉਹਨੇ ਸੰਪਰਕ ਕਰ ਸਕਦੇ ਹੋ ਪ੍ਰਦਰਸ਼ਨੀਆਂ ਵੀ ਲਾਉਂਦੇ ਨੇ ਤੁਸੀਂ ਵੀ ਸਕੂਲਾਂ ਕਾਲਜਾਂ ਵਿਆਹਾਂ ਦੇ ਉੱਤੇ ਇਹਨਾਂ ਤੋਂ ਪ੍ਰਦਰਸ਼ਨੀਆਂ ਲਵਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਅਤੇ ਬਾਬਾ ਜੀ ਤੁਹਾਡਾ ਧੰਨਵਾਦ ਅਤੇ ਅਗਲੀ ਵਾਰੀ ਫਿਰ ਕਿਸੇ ਨਵੇਂ ਵਿਸ਼ੇ ਨਾਲ ਆਪਾਂ ਮਿਲਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਥੈਂਕ ਯੂ ਜੀ ਥੈਂਕ ਯੂ ਬੜੀ ਮਿਹਰਬਾਨੀ